जसी हाँ जी मम्मी जी जा चाय घुट बना के लिया दे मैनू मेरा सिर बड़ा दुखन डाया वा ठीक है मम्मी जी संदीप हाँ जी पानी का गिलास लिया के दे मैनू मम्मी जी मैं काम करनी आ काम करके फिर लिया दी पानी का गिलास चल मैं आप ही पी लेनी हाँ बन गई चाह लैके नहीं आई मम्मी बनांदे पे चाह चार तू गई बनाउन मम्मी जी कहिंदे तू पढ़ ला जाके ते मैं बनाउनी आ चाह अच्छा हाँ जी अच्छा मम्मी गए बनाउन चाह मन्नू ते कदी कहा नहीं मम्मी ने कि लिया मैं काम कर लैनी आ ते तू रेस्ट कर ला जाके इहनू बड़ा कहिंदे आ कोई नहीं देखदी आ मम्मी संदीप हाँ जी मम जी हाँ जी डंगर ते आए बद्दे आ उन्होंने पानी डा दे जा जसी चलो दोनों जने जाने आ जसी तू बह जा तू गले चल जा लभण ते डया तेनू पे पढ़न डई है पेपर वा ओदा तू करिया जाके जा डाया पानी डंगरां नूं ठीक है मम जी मैं हो जानी आ मैं हैगी ना काम करने वास्ते रखी एक बिठाई रखो इन अपने लागे मेरी चिट्टी जी कमीज कितने कमीज भी इधर ही नहीं पहले मेरी गल सुन लो बैठो इत की हो गया बहन वाली कड़ी गल निक्की वोटी वालों कहना और की कहना मैं हाँ और सारा दिन पढ़ती रहती है तो मम्मी उन्हें कोई काम नहीं कहते है मनू कहते सारे काम जो भी कहना वा तो मैं लोया लगा मैं तो थक जानी सारा दिन काम करके ਆਹੋ ਗੱਲ ਤੇ ਤੇਰੀ ਸਹੀ ਆ ਯਾਰ ਨਾ ਉਹ ਰਸੋਈ ਦਾ ਕਰਦੀ ਨਾ ਕਿਤੇ ਇੱਧਰ ਕੰਮ ਕਈ ਕਰਦੀ ਆ ਆਹੋ ਪੜਦੀ ਆ ਤੇ ਆਪਣੇ ਵਾਸਤੇ ਪੜਨ ਦੀ ਆ ਸਾਡੇ ਵਾਸਤੇ ਥੋੜੀ ਪੜਨ ਦੀ ਆ ਆਹੋ ਮੈਂ ਹੁਣ ਕੀ ਕਰਾਂ ਉਹਨੂੰ ਚੱਲ ਕੋਈ ਗੱਲ ਨਹੀਂ ਲਾਉਨੇ ਆ ਕੋਈ ਸਕੀਮ ਜਲਦੀ ਲਾਇਓ ਫਿਰ ਹਾਂ ਚੱਲ ਕਮੀਜ਼ ਤਾਂ ਦੱਸ ਮੇਰੀ ਕਿੱਥੇ ਆ ਦੱਸਦੀ ਆ ਚੱਲ ਆ ਜਾ ਲੱਭ ਦੇ ਮੈਨੂੰ ਮੁੰਡੇ ਨੂੰ ਜੱਸੀ ਵੀ ਕਿਵੇਂ ਚੱਲਦੀ ਤਿਆਰੀ ਟੈਸਟ ਦੀ ਤਿਆਰੀ ਤਾਂ ਵਧੀਆ ਚੱਲਦੀ ਪਈ ਆ ਅੱਛਾ ਅੱਛਾ ਸੁਣੋ ਮੈਨੂੰ ਨਾ ਇੱਕ ਬੁੱਕ ਚਾਹੀਦੀ ਸੀ ਹਿਸਟਰੀ ਦੀ ਅੱਛਾ ਜੀ ਤੁਸੀਂ ਲਿਆ ਦਿਓ ਫਿਰ ਬਹੁਤ ਵਧੀਆ ਰਹਿਣਾ ਹੈ ਕਿਉਂਕਿ ਕਹਿੰਦੇ ਆ ਉਹਦੇ 'ਚ ਬਹੁਤ ਸਿਲੇਬਸ ਹੁੰਦਾ ਹੈ ਟੈਸਟ ਵਿੱਚ ਠੀਕ ਆ ਯਾਰ ਉਹ ਤਾਂ ਅੰਮ੍ਰਿਤਸਰੋਂ ਮਿਲਣੀ ਆ ਅਤੇ ਯਾਰ ਉੱਥੇ ਸਾਰੀ ਦਿਹਾੜੀ ਭੱਜ ਜਾਣੀ ਹੈ ਜਾਣ ਚੱਲ ਫਿਰ ਵੀ ਮੈਂ ਦੇਖਦਾ ਕੋਈ ਹੱਲ ਕਰਕੇ ਹੈ ਅੱਛਾ ਗੱਲ ਸੁਣੋ ਕਹਿੰਦੇ ਕਿ ਔਨਲਾਈਨ ਮਿਲ ਜਾਂਦੀਆਂ ਹੁਣ ਤਾਂ ਬੁੱਕਸ ਹਾਂ ਜੱਸੀ ਤੇਰਾ ਵੀ ਆਈਡੀਆ ਸਹੀ ਹੈ ਯਾਰ ਇੱਦਾਂ ਕਰਦੇ ਹਾਂ ਆਪਾਂ ਔਨਲਾਈਨ ਮੰਗਾ ਲੈਂਦੇ ਹਾਂ ਹਾਂਜੀ ਹਾਂਜੀ ਮੰਗਵਾ ਲਓ ਹਾਂ ਇੱਦਾਂ ਹੀ ਕਰਦੇ ਹਾਂ ਹੈ ਨਾ ਹਾਂਜੀ ਜੀ ਇਹ ਜੱਸੀ ਦਾ ਪਾਰਸਲ ਆਇਆ ਸੀਗਾ ਜੱਸੀ ਦਾ ਪਾਰਸਲ ਕਿਤਾਬਾਂ ਹੀ ਮੰਗਾਈਆਂ ਹੋਣੀਆਂ ਉਹਨੇ ਹੁਣ ਦੱਸਦੀ ਇਹਨੂੰ ਮੈਂ ਕਿੱਦਾਂ ਦਿਨ ਦੀ ਟੈਸਟ ਹੈ ਤਿਆਰੀ ਨਹੀਂ ਹੋਣੀ ਤਾਂ ਟੈਸਟ ਕਿੱਥੋਂ ਦਊਗੀ
अच्छा सुनो जिहड़ी बुक मंगवाई सी ऑनलाइन वेखो कदों तक आउणी आ। अच्छा अच्छा मैं देखदा फिर मैं हुणे। बुक दी यार डिलीवरी हो गई है आ देखो। मेरे कोल तां आई नहीं, मैं सारे दिहाड़ी घरे तां हुंदी आ, जे आउंदी तां मेरे कोल तां आउणी सी। फिर हुण किवें करूंगे यार, दो दिन बाद तां मेरा टेस्ट आ, मैनूं बहुत टेंशन पई आ। पर जस्सी इत्थे तां शो होण दई आ, डिलीवरी हो गई दी आ। फिर हुण किवें करूंगे यार, मैनूं बहुत टेंशन पई आ, सारा सिलेबस जे ओहदे च आ गया फिर। चल तूं हौसला छड्ड ते मैं देखदा कुछ करदा हां। ਚੰਗਾ ਮੰਮੀ ਜੀ, ਅਸੀਂ ਵੀ ਚੱਲੇ ਹਾਂ ਟੈਸਟ ਦੇਣ। ਠੀਕ ਆ ਪੁੱਤ ਜਾਓ। ਚਲੋ ਠੀਕ ਆ ਫਿਰ, ਭਲੀ ਕਰੇ ਯਾਰ, ਕਰ ਵੇਤੀ ਪਾਸ ਕਰ ਹੀ ਲਊਗੀ ਟੈਸਟ। ਹਾਂਜੀ ਹਾਂਜੀ, ਸਾਡੇ ਘਰ 'ਚ ਵੀ ਕੋਈ ਸਰਕਾਰੀ ਨੌਕਰੀ ਵਾਲਾ ਹੁੰਦਾ। ਹਾਂਜੀ ਹਾਂਜੀ, ਚਲੋ ਠੀਕ ਆ, ਚਲੋ ਠੀਕ ਆ ਮੰਮੀ ਜੀ ਫਿਰ। ਹਾਂ ਠੀਕ। ਸਤਿ ਸ਼੍ਰੀ ਅਕਾਲ ਮੰਮੀ ਜੀ। ਮੇਰਾ ਸਾਰਾ ਟੈਸਟ ਕਲੀਅਰ ਹੋ ਜਾਣਾ ਸੀ। ਕੋਈ ਗੱਲ ਨੀ ਪੁੱਤ, ਕਿਹੜੀ ਉਮਰ ਲੰਘ ਗਈ ਆ, ਅਗਲੀ ਵਾਰੀ ਸਹੀ, ਟੈਨਸ਼ਨ ਨੀ ਲੈਣੀ ਕੋਈ ਵੀ। ਮੰਮੀ ਇਹ ਰਸਤੇ ਦੇ ਵਿੱਚ ਵੀ ਮਨ ਭਰਦੀ ਪਈ ਸੀ, ਮੈਂ ਚੱਲ ਕੋਈ ਗੱਲ ਨਹੀਂ ਫੇਰ ਆਪਾਂ ਭਰ ਲਾਂਗੇ, ਹੈ ਨਾ। ਹੋਰ ਫੇਰ ਭਰ ਕੇ ਫੇਰ ਦੇ ਦੇ ਟੈਸਟ ਵਿੱਚ, ਟੈਨਸ਼ਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਗੀ। ਹੁਣ ਮੰਮੀ ਜੀ ਦੁੱਖ ਤਾਂ ਹੁੰਦਾ, ਜੇ ਉਹ ਬੁੱਕ ਆ ਜਾਂਦੀ ਤਾਂ ਮੇਰਾ ਸਾਰਾ ਟੈਸਟ ਕਲੀਅਰ ਹੋ ਜਾਣਾ ਸੀ। ਟੈਨਸ਼ਨ ਨਾ ਲੈ ਤੂੰ, ਕੋਈ ਗੱਲ ਨਹੀਂ, ਚੱਲ ਚੰਗਾ ਫਿਰ ਮੈਂ ਚੱਲਦੀ ਹਾਂ। ਹਾਂਜੀ ਮੰਮੀ ਜੀ, ਅਤੇ ਅੱਜ ਆ ਜਾਓਗੇ ਨਾ ਸ਼ਾਮ ਨੂੰ? ਨਹੀਂ ਅੱਜ ਨਹੀਂ ਆ ਜਾਣਾ, ਤੈਨੂੰ ਪਤਾ ਤਾਂ ਹੈਗਾ ਤੇ ਮਾਮਾ ਨੇ। ਠੀਕ ਆ। ਹਾਂਜੀ ਠੀਕ, ਦਿਨ ਚਾਰ ਦਿਨ ਮੈਨੂੰ ਲੱਗ ਜਾਣੇ ਆ। ਚਲੋ ਚੱਲ ਸੋਨੂੰ, ਤੂੰ ਤਿਆਰ ਹੀ ਆ, ਚੱਲ ਮੈਨੂੰ ਬੱਸ ਸਟੈਂਡ ਲਾਇਆ। ਹਾਂਜੀ ਚਲੋ ਠੀਕ, ਮੈਂ ਛੱਡ ਆਉਂਦਾ। ਆ ਦੇ ਦੋ। ਅਸੀਂ ਕੀ ਕਰਨ ਦੇ ਆ? ਮਿਰਚਾਂ ਖਿਲਾਰਦੀ ਪਈ, ਮੈਂ ਕਿਹਾ ਧੁੱਪ ਲੱਗ ਜੇ ਥੋੜੀ ਜਿਹੀ। ਅੱਛਾ ਮੈਂ ਤੈਨੂੰ ਦੱਸਣਾ ਸੀ, ਮੈਂ ਨਾ ਤੇਰਾ ਟੈਸਟ ਭਰ ਦਿੱਤਾ ਸੀ ਉਹ ਕਲਰਕ ਦਾ। ਅੱਛਾ। ਤੇ ਤੇਰੀ ਬੁੱਕ ਦਾ ਵੀ ਮੈਂ ਇੰਤਜ਼ਾਮ ਕਰ ਲਿਆ, ਮੁੰਡਾ ਯਾਰ ਦੋਸਤ ਸੀ। ਠੀਕ ਹੈ ਠੀਕ ਹੈ, ਉਹਦੇ ਕੋਲ ਕਰ ਲਿਆ, ਐਰਕਾਂ ਤਿਆਰੀ ਚੰਗੀ ਤਰ੍ਹਾਂ ਕਰਦੀ। ਠੀਕ ਹੈ ਠੀਕ ਹੈ ਸਰ, ਮੈਂ ਚੰਗੀ ਤਰ੍ਹਾਂ ਤਿਆਰੀ ਕਰ ਲਾਂਗੀ। ਠੀਕ ਹੈ। ਜੱਸੀ। ਹਾਂਜੀ ਦੀਦੀ। ਮੇਰਾ ਨਾ ਸਿਰ ਦੁਖਣ ਦਿਆ ਵਾ, ਤੇ ਜਾ ਵੇਲਾ ਭਾਂਡੇ ਮਾਂਜਣ ਵਾਲੇ ਪਏ ਮਾਂਜਦੇ, ਸਫਾਈ ਵੀ ਕਰਨ ਆਈ ਹਜੇ ਤੇ। ਚਲੋ ਠੀਕ ਹੈ ਦੀਦੀ, ਤੁਸੀਂ ਰੈਸਟ ਕਰੋ, ਮੈਂ ਭਾਂਡੇ ਮਾਂਜ ਦਿੰਦੀ। ਹਾਂ ਚਲੋ ਠੀਕ ਹੈ, ਜੇ ਮੈਂ ਸਿਰ ਠੀਕ ਹੁੰਦਾ ਫਿਰ ਮੈਂ ਸਫਾਈ ਕਰ ਦਾਂਗੀ, ਨਹੀਂ ਤਾਂ ਤੂੰ ਕਰ। ਕੋਈ ਗੱਲ ਨਹੀਂ ਦੀਦੀ, ਤੁਸੀਂ ਰੈਸਟ ਕਰੋ, ਭਾਂਡੇ ਮੈਂ ਮਾਂਜ ਦਿੰਦੀ। ਚਲੋ ਠੀਕ ਆ। Thank you.
ਜੱਸੀ ਤੋਂ ਹੁਣ।